ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਸੂਬੇ ਭਰ 'ਚ ਪੰਜਾਬ ਪੁਲਿਸ ਵੱਲੋਂ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ। ਇਸ ਦੇ ਮੱਦੇਨਜ਼ਰ DGP ਪੰਜਾਬ ਗੌਰਵ ਯਾਦਵ ਦੀ ਅਗਵਾਈ 'ਚ ਲੁਧਿਆਣਾ ਵਿਖੇ ਇੱਕ ਵੱਡੀ ਰੇਡ ਕੀਤੀ ਗਈ ਹੈ, ਜਿਸ ਵਿੱਚ ਇਲਾਕੇ ਦੀ ਘੂੜਾ ਕਲੋਨੀ 'ਚੋਂ ਪੁਲਿਸ ਨੂੰ ਸਰਚ ਦੇ ਦੌਰਾਨ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ। ਲੁਧਿਆਣਾ ਦੇ ਨਵੇਂ ਨਿਯੁਕਤ ਪੁਲਿਸ ਕਮਿਸ਼ਨਰ ਮਨਦੀਪ ਸੰਧੂ ਨੇ ਕਾਰਜਭਾਰ ਸੰਭਾਲਦੇ ਹੋਏ ਪਹਿਲੇ ਦਿਨ ਹੀ ਵੱਡੀ ਕਾਰਵਾਈ ਕੀਤੀ ਹੈ। DGP ਗੌਰਵ ਯਾਦਵ ਨੇ ਅੱਗੇ ਹੋ ਘੂੜਾ ਕਲੋਨੀ ਅਤੇ ਪੀਰੂਬੰਦਾ ਇਲਾਕੇ ਸਣੇ ਹੋਰ ਚੁਣਿੰਦਾ ਇਲਾਕਿਆਂ 'ਚ ਨਸ਼ੇ ਦੇ ਖਿਲਾਫ਼ ਵੱਡੀ ਛਾਪੇਮਾਰੀ ਕੀਤੀ, ਜੋ ਅਜੇ ਤੱਕ ਜਾਰੀ ਹੈ। ਪੂਰੇ ਪੰਜਾਬ ਅੰਦਰ ਇਹ ਸਰਚ ਆਪਰੇਸ਼ਨ ਚਲਾਇਆ ਗਿਆ। ਕੁਝ ਥਾਵਾਂ ਪੁਲਿਸ ਨੇ ਚੁਣੀਆਂ ਨੇ ਜਿੱਥੇ ਸਰਚ ਜਾਰੀ ਰਹੇਗੀ। ਦੱਸਣਯੋਗ ਹੈ ਕਿ ਮੋਹਾਲੀ, ਅੰਮ੍ਰਿਤਸਰ, ਬਠਿੰਡਾ, ਮੋਗਾ 'ਚ ਵੀ ਪੁਲਿਸ ਦਾ ਇਹ ਵੱਡਾ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ। ਅੱਜ ਅਸੀਂ ਪੰਜਾਬ ਦੇ ਵਿੱਚ ਸਟੇਟ ਲੈਵਲ ਦਾ ਅਸੀਂ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਹੈਗਾ। ਸਾਰੇ ਪੰਜਾਬ ਦੇ ਵਿੱਚ ਅਸੀਂ ਜਿਹੜੇ ਸੀਨੀਅਰ ਆਫਿਸਰ, ਐਡੀਸ਼ਨਲ DGP, IGP ਰੈਂਕ ਦੇ ਆਫਿਸਰ ਨੂੰ ਇੱਕ ਇੱਕ ਡਿਸਟ੍ਰਿਕਟ ਅਸੀਂ ਸੁਪਰਵਾਈਜ਼ ਕਰਨ ਲਈ ਦਿੱਤਾ ਹੈਗਾ, ਅਤੇ ਐਂਟੀ ਸੋਸ਼ਲ ਐਲੀਮੈਂਟਸ, ਡਰੱਗ ਸਮਗਲਰਸ ਦੇ ਖਿਲਾਫ਼ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ। ਸਟੇਟ ਪੱਧਰ ਆਪਰੇਸ਼ਨ ਹੈਗਾ। ਇਸ ਦੇ ਵਿੱਚ ਜਿਹੜੀ ਵਿਸ਼ੇਸ਼ਤਾ ਹੈਗੀ ਕਿ ਅਸੀਂ ਕ੍ਰਾਈਮ ਡੇਟਾ ਪਹਿਲੇ ਐਨਾਲਾਈਜ਼ ਕੀਤਾ ਹੈ। ਕ੍ਰਾਈਮ ਡੇਟਾ ਕਢਾ ਕੇ ਅਸੀਂ ਹੌਟ ਸਪੋਟਸ, ਹਰ ਡਿਸਟ੍ਰਿਕਟ ਦੇ ਵਿੱਚ ਹੌਟ ਸਪੋਟਸ ਆਈਡੈਂਟੀਫਾਈ ਕੀਤੇ ਹੈਗੇ, ਜਿੱਥੇ ਕ੍ਰਿਮੀਨਲਸ ਦਾ ਜ਼ਿਆਦਾ ਜਿਹੜਾ ਇੰਪੈਕਟ ਹੁੰਦਾ ਹੈ। ਆਈਡੀਆ ਇਜ਼ ਕਿ ਪੁਲਿਸ ਦੀ ਜਿਹੜੀ ਪ੍ਰੈਜੈਂਸ ਹੈਗੀ, ਮੂਵਮੈਂਟ ਹੈਗੀ, ਉਹ ਵਿਜ਼ੀਬਲ ਹੋਵੇ, ਇੱਕ ਇੰਪੈਕਟ ਹੋਵੇ ਲੋਕਾਂ ਦੇ ਵਿੱਚ, ਪਬਲਿਕ ਕੌਨਫੀਡੈਂਸ ਵਧਾਇਆ ਜਾਵੇ। ਇਸ ਦੇ ਨਾਲ ਜਿਹੜਾ ਹੈਗਾ, ਲੈਟ ਮੀ ਕੰਪਲੀਟ, ਕੰਪਲੀਟ ਫਸਟ, ਇਸ ਦੇ ਨਾਲ ਦੀ ਨਾਲ ਅਸੀਂ ਇੱਕ ਸਪੈਸ਼ਲ ਮੁਹਿੰਮ ਚਲਾ ਰਹੇ ਹੈਗੇ, ਜਿਹੜੇ ਤੁਸੀਂ ਪੜ੍ਹਿਆ ਹੋਣਾ, ਚੀਫ ਮਿਨਿਸਟਰ ਸਾਹਿਬ ਦੇ ਆਰਡਰਸ ਆਏ ਹੈਗੇ, ਇਹ ਗੌਰਮੈਂਟ, ਪੰਜਾਬ ਗੌਰਮੈਂਟ ਦਾ ਫੈਸਲਾ ਹੋਇਆ ਹੈ ਕਿ ਅਮਨ ਅਤੇ ਸ਼ਾਂਤੀ ਨੂੰ ਬਣਾਏ ਰੱਖਣ ਲਈ ਅਸੀਂ ਇੱਕ ਵੱਡੇ ਪੱਧਰ ਦੀ ਆਰਮਸ ਲਾਇਸੈਂਸ ਵੈਰੀਫਿਕੇਸ਼ਨ ਡਰਾਈਵ ਸ਼ੁਰੂ ਕਰ ਰਹੇ ਹੈਗੇ, ਇਨ ਕੋਆਰਡੀਨੇਸ਼ਨ ਵਿਦ ਡਿਸਟ੍ਰਿਕਟ ਮੈਜਿਸਟਰੇਟਸ ਐਂਡ ਡਿਪਟੀ ਕਮਿਸ਼ਨਰਸ, ਕਿ ਜਿਹੜੇ ਵੀ ਪੂਰੇ ਸੂਬੇ ਦੇ ਵਿੱਚ ਜਿੰਨੇ ਆਰਮਸ ਲਾਇਸੈਂਸ ਇਸ਼ੂ ਹੋਏ ਹੈਗੇ, ਉਹਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਊਗੀ। ਅਗਲੇ 3 ਮਹੀਨੇ ਤੱਕ ਕੋਈ ਵੀ ਨਵੇਂ ਆਰਮਸ ਲਾਇਸੈਂਸ ਨਹੀਂ ਇਸ਼ੂ ਕੀਤੇ ਜਾਣਗੇ। ਜਿਹੜੇ ਲਾਇਸੈਂਸ ਇਸ਼ੂ ਹੋਏ ਹੈਗੇ, ਐਕਚੁਅਲੀ ਕਿਉਂਕਿ ਸ਼ਿਕਾਇਤਾਂ ਆ ਰਹੀਆਂ ਕਿ ਫੇਕ ਐਡਰੈਸਸ 'ਤੇ ਬਣੇ ਹੈਗੇ, ਅਤੇ ਉਹਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਕੇ ਆਰਮਸ ਲਾਇਸੈਂਸਿਸ ਦੀ, ਅਤੇ ਇਹ ਵੀ ਦੇਖਿਆ ਜਾਊਗਾ ਕਿ ਜਿੱਥੇ ਥ੍ਰੈਟ ਪਰਸੈਪਸ਼ਨ ਹੈ, ਜਿਨ੍ਹਾਂ ਨੂੰ ਅਸਲੇ ਦੀ ਲੋੜ ਹੈ, ਜਿੱਥੇ ਲੋੜ ਪਏਗੀ ਅਸੀਂ ਆਰਮਸ ਲਾਇਸੈਂਸਿਸ ਕੈਂਸਲ ਕਰਾਂਗੇ। ਪਬਲਿਕ ਕੈਰੀਇੰਗ ਆਫ ਵੈਪਨਸ, ਪਬਲਿਕ ਡਿਸਪਲੇ ਆਫ ਵੈਪਨਸ, ਵੈਦਰ ਇਨ ਸੋਸ਼ਲ ਮੀਡੀਆ ਔਰ ਫਿਜ਼ੀਕਲੀ, ਹੈਜ਼ ਬੀਨ ਬੈਂਡ। ਇਸ ਦੇ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਊਗਾ। ਸਾਡੀ ਇਹ ਡਰਾਈਵ ਅੱਗੇ ਚੱਲੂਗੀ। ਹੇਟ ਕ੍ਰਾਈਮ ਦੇ ਅਗੇਂਸਟ, ਕਿਸੇ ਵੀ ਕਮਿਊਨਿਟੀ ਦੇ ਅਗੇਂਸਟ ਕੋਈ ਸਪੈਸੀਫਿਕ ਗੱਲ ਜੇ ਕਹੀ ਜਾਊਗੀ, ਉਸ ਤੇ ਸਟ੍ਰਿਕਟ ਲੀਗਲ ਐਕਸ਼ਨ ਲਿਆ ਜਾਊਗਾ। ਸਰ, ਸੋਸ਼ਲ ਮੀਡੀਆ ਤੇ ਲਗਾਤਾਰ ਲੀਗਲ, ਦੇਖੋ ਜੀ, ਇਹਦੇ 'ਚ ਲੀਗਲ ਐਕਸ਼ਨ ਹੈਗਾ ਕਿ ਜਿਹੜੇ ਵੀ ਜਿਸ ਤੋਂ ਪਬਲਿਕ ਡਿਸਪਲੇ ਆਫ ਵੈਪਨਸ ਹੁੰਦਾ ਹੈ, ਪਬਲਿਕ ਡਿਸਪਲੇ ਆਫ ਆਰਮਸ ਹੁੰਦਾ ਹੈ, ਜਿੱਥੇ ਉਸ ਨੂੰ ਬੈਨ ਕੀਤਾ ਜਾਊਗਾ, ਤੇ ਉਸ ਦੇ ਖਿਲਾਫ ਲੀਗਲ ਕਾਰਵਾਈ। ਸਰ, ਇਹ ਤਾਂ ਗੱਲ ਠੀਕ ਹੈ, ਜਿਹੜੇ ਵੈਪਨਸ ਉੱਤਰ ਪ੍ਰਦੇਸ਼ ਤੋਂ, ਬਿਹਾਰ ਤੋਂ ਪੰਜਾਬ ਵਿੱਚ ਆ ਰਹੇ, ਇੱਕ ਮਿੰਟ, ਜਿਹੜੇ ਆਮ ਤੌਰ ਤੇ ਦੇਖਿਆ ਗਿਆ ਵੀ ਜਿਹੜੇ ਵੀ ਕ੍ਰਿਮੀਨਲਸ ਫੜੇ ਜਾਂਦੇ ਨੇ ਉਹਨਾਂ ਕੋਲੋਂ ਦੇਸੀ ਕੱਟਾ ਜਾਂ ਕੋਈ ਇਦਾਂ ਦੇ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਤੁਸੀਂ ਸ਼ਾਇਦ ਧਿਆਨ ਦਿੱਤਾ ਹੋਣਾ, ਪਿੱਛੇ ਅਸੀਂ ਮੱਧ ਪ੍ਰਦੇਸ਼ ਦੇ ਵਿੱਚ ਆਪਰੇਸ਼ਨ ਕੀਤਾ ਸੀ, 80 ਇਲੀਗਲ ਵੈਪਨ। ਦੇਖੋ, ਬੜੀ ਸਪਸ਼ਟ ਗੱਲ ਹੈ, ਜਿਹੜਾ ਵੈਪਨ ਕ੍ਰਾਈਮ 'ਚ ਯੂਜ਼ ਹੋ ਰਿਹਾ, ਜਾਂ ਲੀਗਲ ਹੈ ਜਾਂ ਇਲੀਗਲ ਹੈ। ਤਕਰੀਬਨ ਅਸੀਂ ਦੇਖਿਆ 60% ਜਿਹੜਾ ਡੇਟਾ ਹੈਗਾ, 60% ਕ੍ਰਾਈਮਸ ਦੇ ਵਿੱਚ ਲਾਇਸੈਂਸਡ ਆਰਮਸ ਯੂਜ਼ ਹੁੰਦੇ ਆ, ਇਲੀਗਲ ਆਰਮਸ ਵੀ ਯੂਜ਼ ਹੁੰਦੇ ਆ। ਇਸ ਤੋਂ ਇਲਾਵਾ ਅਸੀਂ ਦੇਖਿਆ ਕਾਫੀ, ਅਸੀਂ ਗਨ ਹਾਊਸਿਸ ਦੀ ਐਕਸਟੈਂਸਿਵ ਚੈਕਿੰਗ ਕਰਾਂਗੇ, ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਐਮੂਨੀਸ਼ਨ ਹੈਗਾ ਉਹ ਡਾਈਵਰਟ ਹੁੰਦਾ ਹੈ, ਜਿਹੜਾ ਲਿਸਿਟ ਐਮੂਨੀਸ਼ਨ, ਕਿ ਵੈਪਨ ਭਾਵੇਂ ਇਲੀਗਲ ਹੋਵੇ ਲੀਗਲ ਹੋਵੇ, ਐਮੂਨੀਸ਼ਨ ਜਿਹੜਾ ਹੈਗਾ ਮੋਸਟਲੀ ਲੀਗਲ ਐਮੂਨੀਸ਼ਨ ਯੂਜ਼ ਹੋ ਰਿਹਾ, ਕਿਉਂਕਿ ਇੰਨਾ ਜ਼ਿਆਦਾ ਇਲੀਗਲ ਐਮੂਨੀਸ਼ਨ ਮੈਨੂਫੈਕਚਰ ਨਹੀਂ ਹੋ ਰਿਹਾ। ਸਰ, ਤੁਸੀਂ ਕਹਿ ਰਹੇ ਸੀਗੇ ਕਿ ਹੇਟ ਸਪੀਸੀਜ਼ ਨੇ ਜਿਹੜੀਆਂ ਉਹਨੂੰ ਅਸੀਂ ਬੈਨ ਕਰ ਰਿਹਾ, ਸਰ ਅੰਮ੍ਰਿਤਪਾਲ ਲਗਾਤਾਰ ਹੀ ਹੇਟ ਸਪੀਚਿਸ ਕਰ ਰਿਹਾ, ਉਹਦੇ 'ਤੇ ਕੋਈ ਐਕਸ਼ਨ ਕਰ ਰਹੀ ਹੈ ਪੰਜਾਬ? ਦੇਖੋ ਜੀ, ਜੋ ਵੀ ਸ਼ਖਸ ਹੇਟ ਸਪੀਚ ਕਰੂਗਾ, ਅਸੀਂ ਦੇਖੋ, ਅਸੀਂ ਇਹ ਇੱਕ ਬੈਲੈਂਸ ਹੈਗਾ ਡੈਮੋਕ੍ਰੇਸੀ, ਫਰੀਡਮ ਆਫ ਐਕਸਪ੍ਰੈਸ਼ਨ ਦੇ ਵਿੱਚ, ਅਤੇ ਨਾਲ ਜਿਹੜੀ ਹੇਟ ਸਪੀਚ ਦੇ ਵਿੱਚ, ਜੋ ਵੀ ਸ਼ਖਸ ਹੇਟ ਸਪੀਚ ਕਰੂਗਾ ਉਸਦੇ ਖਿਲਾਫ਼ ਐਸ ਪਰ ਲਾਅ ਕਾਰਵਾਈ ਕੀਤੀ। ਸਰ, ਪਿਛਲੇ ਕੁਝ ਦਿਨਾਂ ਤੋਂ ਦੇਖਣ ਲਈ ਆਇਆ ਕਿ ਜਿਹੜੇ ਗੈਂਗਸਟਰ ਹੈ ਇੱਥੇ ਵਾਰਦਾਤ ਕਰਦੇ ਨੇ, ਦਿੱਲੀ ਵਾਲੀ ਸਾਈਡ 'ਤੇ ਭੱਜ ਜਾਂਦੇ, ਦਿੱਲੀ ਪੁਲਿਸ ਉਹਨਾਂ ਨੂੰ ਫੜ ਲੈਂਦੀ ਹੈ, ਸਰ ਉਸ ਬਾਰੇ ਪੰਜਾਬ ਪੁਲਿਸ ਕੁਝ ਕਰ ਰਹੀ ਹੈ, ਕੋਈ ਇੱਦਾਂ ਦੀ? ਦੇਖੋ, ਇੱਦਾਂ ਹੈਗਾ, ਫਸਟ ਆਫ ਆਲ, ਕ੍ਰਾਈਮ ਜਿਹੜਾ ਹੈਗਾ ਸੀਮਲੈਸ ਹੈ, ਬਾਰਡਰਲੈਸ ਹੈ। ਕ੍ਰਾਈਮ ਜਿਹੜਾ ਕੋਈ ਬਾਰਡਰ 'ਤੇ ਕਨਫਾਈਨਡ ਨਹੀਂ ਹੈ। ਸਾਡਾ ਦਿੱਲੀ ਪੁਲਿਸ ਨਾਲ, ਹਰਿਆਣਾ ਪੁਲਿਸ ਨਾਲ ਸਾਡਾ ਚੰਗਾ ਕੋਆਰਡੀਨੇਸ਼ਨ ਹੈਗਾ, ਕਿਉਂਕਿ ਜਿਹੜਾ ਪੰਜਾਬ ਦਾ ਕ੍ਰਿਮੀਨਲ ਹੈਗਾ ਉਹ ਦਿੱਲੀ ਜਾ ਕੇ ਵੀ ਵਾਰਦਾਤ ਕਰਦਾ ਹੈ, ਦਿੱਲੀ ਦਾ ਕ੍ਰਿਮੀਨਲ ਇੱਥੇ ਆ ਕੇ ਵਾਰਦਾਤ ਕਰਦਾ ਹੈ। ਮੈਂ ਤਾਂ ਤੁਹਾਨੂੰ ਸਟੇਟ ਪੱਧਰ ਆਪਰੇਸ਼ਨ ਬਾਰੇ ਦੱਸਿਆ ਕਿ ਅੱਜ ਅਸੀਂ ਸਟੇਟ ਲੈਵਲ 'ਤੇ, ਹਰ ਜ਼ਿਲ੍ਹੇ ਦੇ ਵਿੱਚ ਇਹ ਹੋ ਰਿਹਾ, ਜਦੋਂ ਅਸੀਂ ਇੱਥੇ ਗੱਲ ਕਰ ਰਹੇ ਹਾਂ, ਪੂਰੇ ਪੰਜਾਬ ਦੇ ਵਿੱਚ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਹੋ ਰਿਹਾ ਹੈ।
बिल्कुल नेड़े आके डीजी साहब ने दस्या भी मैं लुधियाने ਤੁਹਾਡੇ ਇੱਥੇ ਦੇਖਣ ਜਾ ਰਿਹਾ ਵੀ ਤੁਸੀਂ ਜੁਆਇਨ ਕਰ ਲਿਆ ਤੇ ਉਹਨੂੰ ਜਿਹੜਾ ਮੈਸੇਜ ਮਿਲਿਆ ਸੀ ਉਹਦੇ ਮੁਤਾਬਕ ਪਲਾਨ ਚੱਲ ਰਿਹਾ ਤੇ ਉਹ ਸਾਡੇ ਲਈ ਵੀ ਇਹ ਸਰਪ੍ਰਾਈਜ਼ ਸੀ ਡੀਜੀ ਸਰ ਦਾ ਇੱਥੇ ਆਉਣਾ ਤੇ ਬੇਸਿਕਲੀ ਇੱਕ ਲੋਕੈਲਿਟੀ ਜਿਹੜੀ ਅਸੀਂ ਚੂਜ਼ ਕੀਤੀ ਹੈ ਉਹਦੇ ਵਿੱਚ ਜਿਹੜੇ NDPS ਦੇ ਕੇਸਿਸ ਸਨੈਚਿੰਗ ਦੇ ਕੇਸਿਸ ਐਕਸਾਈਜ਼ ਦੇ ਕੇਸਿਸ ਉਹ ਕੇਸਿਸ ਦੇ ਬੰਦੇ ਅਸੀਂ ਈਅਰ ਮਾਰਕਡ ਕੀਤੇ ਆਈਡੈਂਟੀਫਾਈਡ ਕੀਤੇ ਆ ਤੁਹਾਨੂੰ ਸ਼ਾਇਦ ਐਂ ਲੱਗਦਾ ਹੋਣਾ ਵੀ ਇਹ ਇੱਥੇ ਵੀ ਨੋਰਮਲ ਕਾਲੋਨੀ ਦੇ ਵਿੱਚ ਆ ਗਏ ਉਹ ਜਿੰਨੇ ਮੇਰੇ ਕੋਲ ਲਿਸਟ ਹੈ ਵੀ ਜਿਹਦੇ ਵਿੱਚੋਂ ਅਸੀਂ 22 ਨੇਮ ਜਿਹੜੇ ਆ ਕ੍ਰਿਮੀਨਲ ਹੈ ਉਹ ਆਈਡੈਂਟੀਫਾਈ ਕਰਕੇ ਸਪੈਸੀਫਿਕ ਟਾਰਗੇਟਡ ਉਹਨਾਂ ਦੇ ਘਰ ਦੇ ਵਿੱਚ ਅਸੀਂ ਰੇਡ ਕਰਨਾ ਉਹਦੇ ਵਿੱਚ ਹੋ ਸਕਦਾ ਬਹੁਤ ਸਾਰੇ ਬੰਦੇ ਦੇਖ ਕੇ ਕਿਉਂਕਿ ਇਹ ਕੋਈ ਕਿਲਾ ਤਾਂ ਹੈ ਨਹੀਂ ਵੀ ਇੱਕ ਗੇਟ ਤੋਂ ਐਂਟਰ ਕੀਤੇ ਬੰਦੇ ਜਾ ਸਕਦੇ ਆ ਪਰ ਮੈਸੇਜ ਬੜਾ ਕਲੀਅਰ ਹੈ ਕ੍ਰਿਮੀਨਲ ਨੂੰ ਵੀ ਤੁਹਾਡੇ ਪਿੱਛੇ ਹੀ ਆ ਅਸੀਂ ਮਤਲਬ ਜੇ ਕ੍ਰਾਈਮ ਕਰੋਗੇ ਜਿੰਨਾ ਕ੍ਰਾਈਮ ਕਰੋਗੇ ਅਸੀਂ ਤੁਹਾਡੇ ਪਿੱਛੇ ਹਾਂ ਦੂਜੀ ਗੱਲ ਜਿਵੇਂ ਡਰੱਗ ਦੀ ਕੰਪੇਨ ਦੀ ਮੈਂ ਗੱਲ ਕਰਨਾ ਚਾਹੂੰ ਤੁਹਾਡੇ ਰਾਹੀਂ ਆਮ ਲੋਕਾਂ ਨੂੰ ਵੀ ਇਹ ਕਰਨਾ ਚਾਹੂੰ ਜਿੰਨਾ ਚਿਕਰ ਆਪਾਂ ਆਪਦੇ ਘਰਾਂ ਦੇ ਬਾਹਰ ਆਪਦੇ ਮੁਹੱਲੇ ਦੇ ਵਿੱਚ ਇਹ ਪਹਿਰੇ ਨਹੀਂ ਲਾਓਗੇ ਵੀ ਸਾਡੇ ਮੁਹੱਲੇ ਦੇ ਵਿੱਚ ਵੇਚ ਕੇ ਦਿਖਾਵੇ ਉਹਨਾਂ ਚਿਕਰ ਜੇ ਸੋਚੀ ਜਾਓ ਵੀ ਜਾਂ ਦੂਜੀ ਆਪਸ਼ਨ ਹੈ ਵੀ ਸਵੇਰੇ ਖਬਰਾਂ ਪੜ੍ਹ ਲਈਏ ਪੁਲਿਸ ਨੇ 5 ਕੇਸ ਦੇਤੇ ਪੁਲਿਸ ਨੇ 10 ਕੇਸਿਸ ਦੇਤੇ ਉਹਦੀ ਬਜਾਏ ਆਪਦੇ ਏਰੀਏ ਨੂੰ ਆਪਦੇ ਮੁਹੱਲੇ ਨੂੰ ਆਪਦੇ ਸ਼ਹਿਰ ਨੂੰ ਆਪਦੇ ਪੰਜਾਬ ਨੂੰ ਓਨ ਕਰੀਏ ਸਾਡੇ ਮੁਹੱਲੇ ਦੇ ਵਿੱਚ ਹਿੰਮਤ ਹੀ ਕਿਵੇਂ ਕਰ ਜਾਏ ਕੋਈ ਜਿਹੜਾ ਡਰੱਗ ਵੇਚ ਜੇ ਇਸ ਕਰਕੇ ਅਸੀਂ ਇਸ ਢੰਗ ਦੀ ਵੀ ਲੋਕ ਲਹਿਰ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ ਹਜੇ ਤੱਕ ਜਿਹੜੇ ਹੈ ਜਿਹੜੇ ਆਫਿਸਰਸ ਨੇ ਦੱਸਿਆ ਵੀ 2 ਉਹਦੇ ਚੋਣੂ ਹੈ ਜਿਹੜੀ ਕੋਈ ਅਬਾਊਟ 2 ਕੇਸਿਸ ਦੇ ਵਿੱਚ 12 ਗ੍ਰਾਮ ਦੇ ਕਰੀਬ ਹੈ ਜਿਹੜੀ ਹੀਰੋਇਨ ਰਿਕਵਰ ਹੋਈ ਹੈ ਇਹਦਾ ਮਤਲਬ ਜਿਹੜੇ ਉਹ ਟਾਰਗੇਟਡ ਹਾਊਸ ਸੀ ਉਹਦੇ ਵਿੱਚੋਂ ਰਿਜ਼ਲਟ ਆਉਣੇ ਮਤਲਬ ਆ ਰਹੇ ਹੈ ਇਹਦਾ ਜਿਹੜੀ ਹੁਣ ਦੇਖਣਾ ਇਹ ਹੈ ਕਿ ਪੁਲਿਸ ਦੀਆਂ ਅਜਿਹੀਆਂ ਸ਼ਲਾਘਾਯੋਗ ਕਾਰਵਾਈਆਂ ਕੀ ਰੰਗ ਲਿਆਉਂਦੀਆਂ ਨੇ ਅਤੇ ਪੰਜਾਬ 'ਚੋਂ ਨਸ਼ਾ ਖਤਮ ਕਰਨ ਲਈ ਕਿੰਨੀ ਕੁ ਕਾਮਯਾਬ ਹੋ ਪਾਉਂਦੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।